ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਹਰ ਕੋਈ ਬੀਬੀ ਚਾਹਦੀ ਹੈ ਕਿ ਉਹਦੇ ਘਰ ਵਿੱਚ ਬੱਚਾ ਪੁੱਤਰ ਦੀ ਦਾਤ ਰੱਬ ਬਖਸ਼ੇ ਹੈ ਨਾ ਤੇ ਇਸੇ ਸੰਬੰਧ ਵਿੱਚ ਅੱਜ ਮੈਂ ਤੁਹਾਨੂੰ ਇੱਕ ਸਾਖੀ ਸੁਣਾਉਣ ਵਾਲੀ ਹਾਂ ਜੋ ਕਿ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ ਇੱਕ ਪਿੰਡ ਵਿੱਚ ਮੀਆਂ ਬੀਬੀ ਰਹਿੰਦੇ ਸੀ ਉਹਨਾਂ ਦੇ ਘਰ ਕੋਈ ਬੱਚਾ ਨਹੀਂ ਸੀ ਪਰ ਦੋਨੋਂ ਹੀ ਬਹੁਤ ਹੀ ਪਾਵਨਾ ਵਾਲੇ ਸੀ ਵਾਹਿਗੁਰੂ ਨੂੰ ਮੰਨਣ ਵਾਲੇ ਸੀ ਉਹ ਬੀਬੀ ਦਾ ਘਰ ਵਾਲਾ ਗੁਰਦੁਆਰੇ ਵਿੱਚ ਸੇਵਾ ਕਰਦਾ ਸੀ ਇੱਕ ਦਿਨ ਉਦੀ ਵੋਟੀ ਨੇ ਆਪਣੇ ਘਰ ਵਾਲੇ ਨੂੰ ਕਿਹਾ ਕਿ ਤੁਸੀਂ ਤਾਂ ਵਾਹਿਗੁਰੂ ਦੇ ਐਨੇ ਕੋਲ ਰਹਿੰਦੇ ਹੋ ਤੁਸੀਂ ਗੁਰਦੁਆਰੇ ਵਿੱਚ ਐਨੀ ਸੇਵਾ ਕਰਦੇ ਹੋ ਤੇ ਤੁਸੀਂ ਵਾਹਿਗੁਰੂ ਕੋਲੋਂ ਪੁੱਤਰ ਦੀ ਦਾਤ ਕਿਉਂ ਨਹੀਂ ਮੰਗਦੇ ਉਹਦੇ ਘਰ ਵਾਲੇ ਨੇ ਕਿਹਾ कि ਮੈਨੂੰ ਇਹ ਦੁਨੀਆਵੀ ਚੀਜ਼ ਮੰਗਣ ਵਿੱਚ ਥੋੜੀ ਝਿਜਕ ਆਉਂਦੀ ਹੈ ਲੇਕਿਨ ਉਦੀ ਵੋਟੀ ਨੇ ਉਹਨੂੰ ਮਜਬੂਰ ਕੀਤਾ ਉਹ ਬੰਦੇ ਦੀ ਵੋਟੀ ਨੇ ਆਖਿਆ ਕਿ ਜਿਸ ਵੇਲੇ ਸੱਚੇ ਪਾਤਸ਼ਾਹ ਸ਼ਹਨशाह ਗੁਰੂ ਗੋਬਿੰਦ ਸਿੰਘ ਜੀ ਅੱਜ ਆਣਗੇ ਤੇ ਤੂੰ ਉਹਨਾਂ ਦੇ ਅੱਗੇ ਹੱਥ ਜੋੜ ਕੇ ਜਰੂਰ ਬੇਨਤੀ ਕਰੀਂ ਕਿ ਬਾਬਾ ਜੀ ਸਾਡੇ ਘਰ ਪੁੱਤਰ ਦੀaat ਬਖਸ਼ੋ ਐ ਸੁਣ ਕੇ ਉਹ ਬੰਦਾ ਬੋਲਿਆ ਚਲੋ ਠੀਕ ਹੈ ਤੇ ਜਿਸ ਵੇਲੇ ਬਾਬਾ ਜੀ ਆਏ ਤੇ ਉਹਨੇ ਹੱਥ ਜੋੜ ਕੇ ਬੋਲਿਆ ਸਤਿਆ ਪਾਤਸ਼ਾ ਸਾਡੇ ਉੱਤੇ ਸਾਡੇ ਦੋਨੋਂ ਮੀਆਂ ਬੀਬੀ ਉੱਤੇ ਮਿਹਰ ਕਰੋ ਤੇ ਸਾਡੇ ਘਰ ਪੁੱਤਰ ਦੀ ਦਾਤ ਬਖਸ਼ੋ ਬਾਬਾ ਜੀ ਸੁਣ ਕੇ ਬੋਲੇ ਨਹੀਂ ਹਲੇ ਨਹੀਂ ਬੰਦਾ ਚੁੱਪ ਕਰ ਗਿਆ ਸਤਿਵਚਨ ਬੋਲ ਕੇ ਘਰ ਵਾਪਸ ਆ ਗਿਆ ਕੁਝ ਮਹੀਨੇ ਬੀਤ ਗਏ ਫਿਰ ਉਹਦੀ ਵੋਟੀ ਨੇ ਆਖਿਆ ਕਿ ਤੁਸੀਂ ਕਿਉਂ ਨਹੀਂ ਬਾਬਾ ਜੀ ਨੂੰ ਕਹਿੰਦੇ ਇੱਕ ਵਾਰੀ ਫਿਰ ਜਾ ਕੇ ਉਹਨਾਂ ਤੇ ਅੱਗੇ ਬੇਨਤੀ ਕਰੋ ਤੇ ਪੁੱਤਰ ਦੀ ਦਾਤ ਮੰਗੋ ਤੁਸੀਂ ਤਾਂ ਕਹਿੰਦੇ ਹੋ ਕਿ ਵਾਹਿਗੁਰੂ ਕਿਸੇ ਨੂੰ ਖਾਲੀ ਨਹੀਂ ਮੋੜਦਾ ਫਿਰ ਸਾਡੀ ਅਰਦਾਸ ਕਿਉਂ ਨਹੀਂ ਸੁਣਦੇ ਸਾਡੇ ਘਰ ਪੁੱਤਰ ਦੀ ਦਾਤ ਕਿਉਂ ਨਹੀਂ ਬਖਸ਼ਦੇ ਫਿਰ ਵੋਟੀ ਦੇ ਬਾਰ-ਬਾਰ ਬੋਲਨ ਤੇ ਉਹ ਬੰਦਾ ਫਿਰ ਤਿਆਰ ਹੋ ਗਿਆ ਤੇ ਫਿਰ ਉਹਨੇ ਜਾ ਕੇ बाबा जी ਦੇ ਅੱਗੇ ਹੱਥ ਜੋੜ ਕੇ ਖੜਾ ਹੋ ਗਿਆ ਫਿਰ ਬੋਲਿਆ ਕਿ ਸੱਚਾ ਪਾਤਸ਼ਾ ਸਾਡੇ ਉੱਤੇ ਮੇਰ ਕਰੋ ਪੁੱਤਰ ਦੀ ਦਾਤ ਬਖਸ਼ੋ ਤੇ ਬਾਬਾ ਜੀ ਫਿਰ ਦੁਬਾਰਾ ਉਵੇਂ ਹੀ ਬੋਲੇ ਹੱਲੇ ਨਹੀਂ ਸਤਿਵਚਨ ਬੋਲ ਕੇ ਉਹ ਫਿਰ ਵਾਪਸ ਆ ਗਿਆ ਫਿਰ ਕੁਝ ਮਹੀਨੇ ਬੀਤ ਗਏ ਤੇ ਫਿਰ ਉਦੀ ਵੋਟੀ ਨੂੰ ਆਸ-ਪਾਸ ਦੀਆਂ ਜੜੀਆਂ ਔਰਤਾਂ ਹੁੰਦੀਆਂ ਨਾ ਪੜਕਾਨ ਵਾਲੀਆਂ ਪੜਕਾਨ ਲੱਗੀਆਂ ਕਿ ਕੁਝ ਨਹੀਂ ਹੋਣਾ ਐ ਸਭ ਤੂੰ ਕਿਉਂ ਉਹਨਾਂ ਦੇ ਗੁਰਦੁਆਰੇ ਵਿੱਚ ਜਾ ਕੇ ਹੱਥ ਜੋੜ ਕੇ ਮੰਗ ਰਹੀ ਹੈ ਚਲ ਅਸੀਂ ਤੈਨੂੰ ਇੱਥੇ ਲੈ ਜਾਂਦੇ ਹਾਂ ਨੇੜੇ ਹੀ ਕੋਈ ਪੀਰ ਆਏ ਹੋਏ ਹੈ ਉਹ ਜ਼ਰੂਰ ਤੇਰੀ ਝੋਲੀ ਭਰਨਗੇ ਪਹਿਲੇ ਤਾਂ ਉਦੀ ਵੋਟੀ ਬੋਲੀ ਨਹੀਂ ਸਾਨੂੰ ਤਾਂ ਐ ਹੁਕਮ ਨਹੀਂ ਹੈ ਪਰ ਫਿਰ ਆਪਣੇ ਹਾਰ ਕੇ ਉਹਨੇ ਕਿਆ ਕਿ ਚਲ ਮੈਂ ਚਲੀ ਹੀ ਜਾਂਦੀ ਹਾਂ ਤੇ ਆਪਣੇ ਘਰ ਵਾਲੇ ਨੂੰ ਵੀ ਮਨਾ ਲਿਆ ਚਲੇ ਗਏ ਉੱਥੇ ਜਾ ਕੇ ਅਰਦਾਸ ਕੀਤੀ ਹੱਥ ਜੋੜ ਕੇ ਬੋਲੇ ਕਿ ਸਾਨੂੰ ਪੁੱਤਰ ਦਿਦਾਰ ਬਖਸ਼ੋ ਉਹ ਪੀਰ ਨੇ ਕਿਆ ਕਿ ਚਲੋ ਠੀਕ ਹੈ ਆਸ਼ੀਰਵਾਦ ਦਿੱਤਾ ਤੇ ਸਾਧ ਸੰਗਤ ਜੀ ਕੁਝ ਹੀ ਮਹੀਨਿਆਂ ਦੇ ਬਾਅਦ ਉਹਨਾਂ ਦੇ ਘਰ ਪੁੱਤਰ ਨੇ ਜਨਮ ਲੀਤਾ ਬਹੁਤ ਖੁਸ਼ ਸਭ ਦੋਨੋ ਮੀਆਂ ਬੀਬੀ ਬੜੇ ਖੁਸ਼ ਉਹ ਜੇ ਨਾਨੀਆਂ ਵੀ ਜੜੀਆਂ ਲੈ ਗਈਆਂ ਸੀ ਉਹਨੂੰ ਪੀਰ ਦੇ ਕੋਲ ਉਹ ਵੀ ਕਹਿੰਦੀਆਂ ਦੇਖਿਆ ਤੂੰ ਤਾਂ ਇੰਨੀਆ ਮਿੰਨਤਾ ਕਰ ਲਈਆਂ ਸੀ ਵਾਹਿਗੁਰੂ ਸੱਚਾ ਪਾਚਾ ਨੇ ਤਾਂ ਤੇਰੀ ਨਹੀਂ ਸੁਣੀ ਦੇਖ ਐਸ ਪੀਰ ਕੋਲ ਗਈ ਸੀ ਤੇ ਤੇਰੀ ਝੋਲੀ ਉਹਨਾਂ ਨੇ ਭਰ ਦਿੱਤੀ ਸਾਧ ਸੰਗਤ ਜੀ ਸਮਾਬੀਤ ਦਾ ਗਿਆ ਬੱਚਾ ਵੱਡਾ ਹੁੰਦਾ ਗਿਆ ਬੱਚਾ ਸ਼ੁਰੂ ਤੋਂ ਹੀ ਉਹ ਦੋਨੋਂ ਮੀਆਂ ਬੀਬੀ ਨੇ ਨੋਟਿਸ ਕੀਤਾ ਕਿ ਬੱਚਾ ਨਾ ਬਹੁਤ ਹੀ ਜਿੱਦੀ ਹੈ ਬਹੁਤ ਹੀ ਮਤਲਬ ਕੋਈ ਵੀ ਗੱਲ ਕਰੋ ਤੇ ਉਹ ਜਿੱਦ ਕਰਦਾ ਹੈ ਕਹਿਣਾ ਨਹੀਂ ਮੰਨਦਾ ਹੈ ਸ਼ੁਰੂ ਸ਼ੁਰੂ ਵਿੱਚ ਉਹਨਾਂ ਨੇ ਧਿਆਨ ਨਹੀਂ ਦਿੱਤਾ ਪਰ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਗਿਆ ਬੁਰੀਆਂ ਆਦਤਾਂ ਉਸ ਦੇ ਵਿੱਚ ਲੱਗਦੀਆਂ ਗਈਆਂ ਹੌਲੀ ਹੌਲੀ ਜਦੋਂ ਉਹ ਜਵਾਨ ਹੋ ਗਿਆ ਨਾ ਤੇ ਬੁਰੀਆਂ ਆਦਤਾਂ ਸ਼ਰਾਬ ਪੀਣਾ ਉੱਧਰ ਉੱਧਰ ਜਾਣਾ ਮਤਲਬ ਤੁਸੀਂ ਕਹਿ ਸਕਦੇ ਹੋ ਹਰ ਬੁਰੀ ਆਦਤ ਉਸ ਨੂੰ ਲੱਗ ਗਈ ਸੀ ਦੋਨੋਂ ਮੀਆਂ ਬੀਬੀ ਬੜੇ ਦੁਖੀ ਸੀ ਦੋਨੋਂ ਮੀਆਂ ਬੀਬੀ ਆਪਣੇ ਪੁੱਤਰ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਸੀ ਕਿ ਮੇਂ ਬੇਟਾ ਇਹ ਕੰਮ ਨਹੀਂ ਕਰਨਾ ਇਹ ਮਾੜਾ ਕੰਮ ਹੈ ਲੇਕਿਨ ਉਹ ਬੱਚਾ ਬਿਲਕੁਲ ਵੀ ਸੁਣਨ ਵਾਸਤੇ ਤਿਆਰ ਨਹੀਂ ਸੀ ਬਲਕਿ ਉਹਨਾਂ ਨੂੰ ਹੀ ਆਪਣੇ ਮਾਪਿਓ ਨੂੰ ਹੀ ਅੱਗੋਂ ਦੋ ਗੱਲਾਂ ਸੁਣਾ ਦਿੰਦਾ ਸੀ ਥੱਕ ਹਾਰ ਕੇ ਬੈਠ ਗਏ ਦੋਨੋਂ ਮੀਆਂ ਬੀਬੀ ਕੱਲੇ ਵਿੱਚ ਅਥਰੂ ਵਗਾਉਂਦੇ ਤੇ ਸੋਚਦੇ ਕਿ ਇਹੋ ਜਿਹੀ ਔਲਾਦ ਕਿਉਂ ਦਿੱਤੀ ਅਸੀਂ ਤਾਂ ਔਲਾਦ ਆਪਣੇ ਸੁੱਖ ਵਾਸਤੇ ਮੰਗੀ ਸੀ ਪਰ ਇਹੋ ਜੀ ਔਲਾਦ ਕਿਉਂ ਦਿੱਤੀ ਬਾਹਰ ਤੋਂ ਵੀ ਸਾਨੂੰ ਉਲੰਬੇ ਆਂਦੇ ਹੈ ਇਹਦੇ ਔਰ ਸਾਡੇ ਅੱਗੇ ਵੀ ਇਹੋ ਜਿਹਾ ਕਪੁੱਤ ਕਿਉਂ ਦਿੱਤਾ ਬਹੁਤ ਜ਼ਿਆਦਾ ਪਰੇਸ਼ਾਨ ਸੀ ਆਪਣੀ ਔਲਾਦ ਤੋਂ ਉਹਨਾਂ ਨੇ ਨਹੀਂ ਸੋਚਿਆ ਸੀ ਕੀ ਸਾ ਅਸੀਂ ਜੋ ਔਲਾਦ ਦਾ ਸੁਖ ਮੰਗ ਰਹੇ ਹਾਂ ਇਹ ਸਾਡੇ ਵਾਸਤੇ ਤਾਂ ਬਹੁਤ ਹੀ ਅபிਸ਼ਾਪ ਬਣ ਜਾਏਗਾ ਇੱਕ ਦਿਨ ਐਸਾ ਪਾਣਾ ਵਰਤਿਆ ਉਸ ਬੱਚੇ ਦੀ ਮੌਤ ਹੋ ਗਈ ਐਕਸੀਡੈਂਟ ਦੇ ਵਿੱਚ ਉਹ ਬੱਚੇ ਦੀ ਮੌਤ ਹੋ ਗਈ ਬੱਚਾ ਸਾਹਮਣੇ ਪਿਆ ਹੈ ਮਾਂ ਜੋ ਹੈ ਚੀਕਾ ਮਾਰ-ਮਾਰ ਕੇ ਰੋ ਰਹੀ ਹੈ ਤੇ ਉਹਨੂੰ ਸਮਝ ਨਹੀਂ ਆ ਰਿਹਾ ਹੈ ਕਿ ਇਹ ਸਭ ਕੀ ਸਾਡੇ ਨਾਲ ਵਰਤਿਆ ਹੈ ਉਹ ਜਨਾਨੀ ਨੇ ਆਪਣੇ ਘਰ ਵਾਲੇ ਨੂੰ ਕਿਹਾ ਕਿ ਹੁਣ ਤਾਂ ਮੈਨੂੰ ਕੁਝ ਵੀ ਨਹੀਂ ਦਿਖ ਰਿਹਾ ਮੈਨੂੰ ਲੱਗ ਰਿਹਾ ਹੈ ਕਿ ਸਾਡੇ ਤੋਂ ਕੋਈ ਗਲਤੀ ਹੋ ਗਈ ਹੈ ਅਸੀਂ ਗੁਰਦੁਆਰੇ ਜਾਂਦੇ ਹਾਂ ਜੋ ਅਸੀਂ ਸ਼ੈਨਸ਼ਾ ਗੁਰਗੋਬਿੰਦ ਸਿੰਘ ਜੀ ਨੂੰ ਪੁਲਾਈ ਬੈਠੇ ਹਾਂ ਅੱਜ ਉਹਨਾਂ ਦਾ ਹੀ ਸਾਨੂੰ ਸਹਾਰਾ ਹੈ ਉਹਨਾਂ ਦੇ ਕੋਲ ਹੀ ਜਾ ਕੇ ਪੁੱਛਦੇ ਹਾਂ ਕਿ ਤੁਸੀਂ ਸਾਨੂੰ ਪੁੱਤਰ ਦੀ ਦਾਤ ਨਹੀਂ ਬਖਸ਼ੀ ਤੇ ਬਾਹਰੋਂ ਦੀ ਜਾ ਕੇ ਅਸੀਂ ਜੋ ਪੀਰ ਤੋਂ ਐਸੀ ਆਸ਼ੀਰਵਾਦ ਲੈ ਆਏ ਪਰ ਇਹ ਆਸ਼ੀਰਵਾਦ ਵੀ ਸਾਨੂੰ ਕਿਉਂ ਅபிਸ਼ਾਪ ਬਣ ਗਿਆ ਐਦਾ ਜਵਾਬ ਹੁਣ ਉਹ ਹੀ ਦੇਣਗੇ ਪੁੱਤਰ ਦੀ লাশ ਚੁੱਕ ਕੇ ਜਦੋਂ ਗੁਰਦੁਆਰੇ ਵਿੱਚ ਲੈ ਕੇ ਆਏ ਔਰ ਬਾਬਾ ਜੀ ਦੇ ਅੱਗੇ ਦੋਨੋਂ ਹੱਥ ਜੋੜ ਕੇ ਖੜੇ ਹੋ ਗਏ ਤੇ ਪੁੱਛਣ ਲੱਗੇ ਕਿ ਸੱਚਿਆ ਪਾਤਸ਼ਾਹ ਕਿ ਸਾਡੇ ਕੋਲੋਂ ਕਸੂਰ ਹੋਇਆ ਹੈ ਕਿ ਅੱਜ ਐ ਦੇਖੋ ਪੁੱਤਰ ਵੀ ਦਿੱਤਾ ਤੇ ਇੱਕਦਮ ਕ ਪੁੱਤਰ ਦਿੱਤਾ ਤੇ ਹੁਣ ਸਾਡੇ ਤੋਂ ਪੁੱਤਰ ਛਿੰਨ ਵੀ ਲੀਤਾ ਸੱਚੇ ਪਾਤਸ਼ਾਹ ਨੇ ਦੇਖਿਆ ਪਹਿਲੇ ਤਾਂ ਉਹ ਮੁਸਕਰਾਏ ਬਾਬਾ ਜੀ ਨੇ ਦੇਖਿਆ ਉਹ ਤਾਂ ਸਭ ਜਾਣਨ ਹਾਰ ਸੀ ਉਹਨਾਂ ਨੇ ਪਹਿਲੇ ਪੁੱਛਿਆ ਕਿ ਤੂੰ ਕਿੱਥੇ ਸੀ ਕਾਫੀ ਟਾਈਮ ਤੋਂ ਤੂੰ ਗੁਰਦੁਆਰੇ ਵੀ ਨਹੀਂ ਆਇਆ ਸੇਵਾ ਕਰਨ ਵਾਸਤੇ ਤੇ ਸਭ ਕੁਝ ਉਹਨੇ ਦੱਸਿਆ ਤਾਂ ਬਾਬਾ ਜੀ ਨੇ ਕਿਹਾ ਕਿ ਸੁਣ ਤੇਰੇ ਸਾਰੇ ਸਵਾਲਾਂ ਦਾ ਜਵਾਬ ਤੇਰਾ ਪੁੱਤਰ ਹੀ ਤੈਨੂੰ ਦੇਗਾ ਮੈਂ ਕੁਝ ਸਮੇਂ ਵਾਸਤੇ ਇਹਨੂੰ ਖੜਾ ਕਰਦਾ ਵਾਂ ਤੇ ਸਾਰੇ ਸਵਾਲਾਂ ਦੇ ਜਵਾਬ ਤੈਨੂੰ ਤੇਰਾ ਪੁੱਤਰ ਹੀ ਦੱਸੇਗਾ ਸੱਚਾ ਪਾਤਸ਼ਾਹ ਨੇ ਜਲ ਲੈ ਕੇ ਉਹ ਬੱਚੇ ਦੇ ਉੱਤੇ ਛਿੜਕਿਆ ਬੱਚਾ ਉੱਠ ਕੇ ਖੜਾ ਹੋ ਗਿਆ ਤੇ ਜੋ ਬੱਚੇ ਨੇ ਦੱਸਿਆ ਸਾਧ ਸੰਗਤ ਜੀ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਏਗੀ ਉਹ ਬੱਚੇ ਨੇ ਦੱਸਿਆ ਕਿ ਬੀਬੀ ਤੈਨੂੰ ਯਾਦ ਹੋਏਗਾ ਕਿ ਮੈਂ ਕਈ ਸਾਲਾਂ ਪਹਿਲੇ ਮੈਂ ਤੁਹਾਡੇ ਘਰ ਖੈਰ ਮੰਗਣ ਆਇਆ ਸੀ ਤੇ ਤੇਰੀ ਵੋਟੀ ਨੇ ਮੈਨੂੰ ਖੈਰ ਤਾਂ ਪਾਈ ਸੀ ਪਰ ਉਸ ਵੇਲੇ ਮੇਰੇ ਉੱਤੇ ਇਸਨੇ ਚੋਰੀ ਦਾ ਇਲਜ਼ਾਮ ਲਗਾ ਦਿੱਤਾ ਸੀ ਕਿ ਮੇਰੇ ਇੱਥੇ ਗਹਿਣੇ ਪਏ ਸੀ ਤੇ ਉਹ ਗਹਿਣੇ ਤੁਸੀਂ ਚੁਰਾਏ ਹੈ ਮੈਂ ਸਾਫ਼ ਕਹਿੰਦਾ ਰਿਹਾ ਰੋਂਦਾ ਰਿਹਾ ਕਿ ਨਹੀਂ ਮੈਂ ਐਸਾ ਨਹੀਂ ਕੀਤਾ ਲੇਕਿਨ ਪਰ ਤੁਸੀਂ ਦੋਨਾਂ ਨੇ ਮੇਰਾ ਵਿਸ਼ਵਾਸ ਨਹੀਂ ਕੀਤਾ ਤੇ ਮੈਨੂੰ ਤੁਸੀਂ ਤੱਕੇ ਮਾਰ ਕੇ ਬਾਹਰ ਕੱਢ ਦਿੱਤਾ ਮੈਂ ਇਸੇ ਦੁੱਖ ਵਿੱਚ ਜਿੰਦਾ ਰਿਹਾ ਤੇ ਥੋੜੇ ਸਮੇਂ ਬਾਅਦ ਮੇਰੀ ਮੌਤ ਹੋ ਗਈ ਮੈਂ ਦੇਖਦਾ ਰਿਹਾ ਕਿ ਮੈਨੂੰ ਕਦੋਂ ਮੌਕਾ ਮਿਲੇਗਾ ਔਰ ਮੈਂ ਤੁਹਾਡੀ ਗਰਭ ਵਿੱਚ ਆ ਕੇ ਮੈਂ ਆਪਣਾ ਬਦਲਾ ਲਵਾਵਾਂਗਾ ਕਿਉਂਕਿ ਮੈਨੂੰ ਮੁਕਤੀ ਨਹੀਂ ਮਿਲੀ ਸੀ ਤੇ ਜਦੋਂ ਤੁਸੀਂ ਗੁਰਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੋਲ ਪੁੱਤਰ ਦੀ ਦਾਤ ਮੰਗ ਰਹੇ ਸੀ ਤਾਂ ਮੈਂ ਬੜਾ ਖੁਸ਼ ਹੋ ਗਿਆ ਸੀ ਕਿ ਚਲੋ ਹੁਣ ਮੈਨੂੰ ਇਹ ਗਰਭ ਮਿਲੇਗੀ ਤੇ ਮੈਂ ਪੁੱਤਰ ਬਣ ਕੇ ਐਨਾਦੇ ਕੋਲ ਆਵਾਂਗਾ ਤੇ ਫਿਰ ਮੈਂ ਐਨਾ ਜੋ ਦੁੱਖ ਮੈਨੂੰ ਦਿੱਤੇ ਹੈ ਜੋ ਮੈਨੂੰ ਕਲਪਾਇਆ ਹੈ ਜੋ ਮੈਂ ਰੋ ਰੋ ਕੇ ਇਸ ਕੱਝ ਗਿਆ ਸੀ ਉਨਾ ਹੀ ਮੈਂ ਇਹਨਾਂ ਨੂੰ ਕਲਪਾਵਾਂਗਾ ਉਨਾ ਹੀ ਮੈਂ ਇਹਨਾਂ ਨੂੰ ਰੁਵਾਵਾਂਗਾ ਮੈਂ ਤਾਂ ਇੰਤਜ਼ਾਰ ਕਰ ਰਿਆ ਸੀ ਲੇਕਿਨ ਵਾਏ ਗੁਰੂ ਸ਼ੈਨਸ਼ਾ ਨੇ ਜਦੋਂ ਮਨਾ ਕਰ ਦਿੱਤਾ ਹੱਲੇ ਨਹੀਂ ਤਾਂ ਮੈਂ ਬਹੁਤ ਹੀ ਨਿਰਾਸ਼ ਹੋ ਗਿਆ ਸੀ ਕਿ ਹਾਲੇ ਫਿਰ ਮੈਨੂੰ ਇਹ ਮੌਕਾ ਨਹੀਂ ਮਿਲੇਗਾ ਇਸ ਤਰ੍ਹਾਂ ਦੋ ਵਾਰ ਤੁਸੀਂ ਬਾਬਾ ਜੀ ਦੇ ਅੱਗੇ ਪੁੱਤਰ ਦੀ ਦਾਤ ਬਖਸ਼ੀ ਪਰ ਬਾਬਾ ਜੀ ਨੇ ਬੋਲ ਦਿੱਤਾ ਹਾਲੇ ਨਹੀਂ ਔਰ ਮੈਨੂੰ ਇਸ ਤਰ੍ਹਾਂ ਮੌਕਾ ਨਹੀਂ ਮਿਲ ਰਿਹਾ ਸੀ ਪਰ ਜਦੋਂ ਤੁਸੀਂ ਇੱਥੋਂ ਪਟਕ ਕੇ ਪੀਰ ਵਾਲੇ ਪਾਸੇ ਚਲੇ ਗਏ ਤੇ ਮੈਨੂੰ ਮੌਕਾ ਮਿਲ ਗਿਆ ਤੇ ਅੱਜ ਮੈਂ ਉਹ ਪੂਰਾ ਕਰਜ਼ਾ ਜੋ ਤੁਸੀਂ ਚੜਾਇਆ ਸੀ ਮੈਂ ਉਤਾਰ ਦਿੱਤਾ ਪੂਰਾ ਵਾਦੇ ਤੋਂ ਮੈਂ ਬਦਲਾ ਲੈ ਲੀਤਾ ਹੈ ਅੱਜ ਮੈਨੂੰ ਮੁਕਤੀ ਮਿਲੀ ਹੈ ਤੇ ਅੱਜ ਹੁਣ ਮੈਂ ਵਾਪਿਸ ਜਾ ਰਿਹਾ ਹਾਂ ਐ ਸੁਣ ਕੇ ਦੋਨੋਂ ਮੀਆਂ ਬੀਬੀ अचੰਬਿਤ ਰਹਿ ਗਏ ਤੇ ਉਹਨਾਂ ਨੂੰ ਸਮਝ ਆ ਗਈ ਕਿ ਕਿਉਂ ਸ਼ਹਨਸ਼ਾ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮੈਨੂੰ ਬਾਰ-ਬਾਰ ਮਨਾ ਕਰ ਰਹੇ ਸੀ ਹਾਲੇ ਨਹੀਂ ਹਾਲੇ ਨਹੀਂ ਦੋਨੋਂ ਮੀਆਂ ਬੀਬੀ ਸਰ ਚੁਕਾ ਕੇ ਮੱਥਾ ਟਿਕਾ ਕੇ ਰੋਂਦੇ ਰਹੇ ਰੋਂਦੇ ਰਹੇ ਪਰ ਹੁਣ ਤੱਕ ਕੁਝ ਨਹੀਂ ਹੋ ਸਕਦਾ ਸੀ ਤਾਂ ਸਾਧ ਸੰਗਤ ਜੀ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਬੁਰਾ ਕਰੋਗੇ ਤਾਂ ਬੁਰਾ ਹੀ ਪਾਓਗੇ ਔਰ ਪਾਵੇਂ ਕਿੰਨੇ ਵੀ ਜਨਮ ਬੀਤ ਜਾਣ ਉਹ ਬੁਰਾ ਸਾਡੇ ਕੋਲ ਵਾਪਿਸ ਆਂਦਾ ਹੀ ਹੈ ਇਸ ਕਰਕੇ ਸਾਧ ਸੰਗਤ ਜੀ ਚੰਗਿਆਈ ਕਰੋ ਤੇ ਕਦੀ ਵੀ ਗੁਰੂ ਉੱਤੇ ਸ਼ੱਕ ਨਾ ਕਰੋ ਸਾਡਾ ਗੁਰੂ ਸਭ ਜਾਣਦਾ ਹੈ ਇਸ ਕਰਕੇ ਉਦੇ ਉੱਤੇ ਵਿਸ਼ਵਾਸ ਰੱਖੋ ਜਦੋਂ ਟਾਈਮ ਆਏਗਾ ਜਦੋਂ ਅੱਛਾ ਟਾਈਮ ਆਏਗਾ ਉਹ ਸਭ ਕੁਝ ਸਾਨੂੰ ਦਿੰਦਾ ਹੀ ਹੈ